ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ, ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਜੰਮੂ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ, ਕਿਹਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਹੋਵੇਗਾ ਬਹਾਲ। ਸ਼ਾਹ ਨੇ ਵਿਰੋਧੀਆਂ ਉੱਤੇ ਸਾਧੇ ਨਿਸ਼ਾਨੇ। ਭਾਰਤੀ ਥਲ ਸੈਨਾ ਵਿੱਚ ਸ਼ਾਮਲ ਹੋਏ 297 ਅਧਿਕਾਰੀ, ਚੇਨਈ ਵਿੱਚ OTA ਵਿੱਚ ਹੋਇਆ ਸਮਾਰੋਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ ਵੱਖ ਵਿਭਾਗਾਂ ਦੇ 293 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ, ਕਿਹਾ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਵਚਨਬੱਧ। ਤੇ ਹੁਣ ਖਬਰਾਂ ਵਿਸਤਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਰਾਸ਼ਟਰੀ ਝੰਡੇ ਅਤੇ ਸੰਵਿਧਾਨ ਹੇਠ ਹੋਣ ਵਾਲੀ ਇਹ ਪਹਿਲੀ ਵਿਧਾਨ ਸਭਾ ਚੋਣ ਹੈ। ਸ਼ਾਹ ਨੇ ਕਾਂਗਰਸ ਨੈਸ਼ਨਲ ਕਾਨਫਰੰਸ ਗਠਜੋੜ ਉੱਤੇ ਪੁਰਾਣੀ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਅੱਤਵਾਦ ਨੂੰ ਮੁੜ ਸਿਰ ਝੁਕਣ ਦੇਵੇਗੀ ਅਤੇ ਭਾਜਪਾ ਸਰਕਾਰ ਵੱਲੋਂ ਰਾਖਵਾਂਕਰਨ ਦਿੱਤੇ ਗਏ ਗੁਰਜਰਾਂ, ਪਹਾੜੀਆਂ, ਬੱਕਰਵਾਨਾਂ ਅਤੇ ਦਲਿਤਾਂ ਸਮੇਤ ਕਿਸੇ ਵੀ ਭਾਈਚਾਰੇ ਦੇ ਨਾਲ ਬੇਇਨਸਾਫ਼ੀ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਇਹਨਾਂ ਨੂੰ ਰਾਖਵਾਂਕਰਨ ਦਿੱਤਾ ਹੈ। ਸ਼ਾਹ ਨੇ 18 ਸਤੰਬਰ ਤੋਂ 3 ਗੇੜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਚੋਣ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਜੰਮੂ ਕਸ਼ਮੀਰ ਦੇ 2 ਦਿਨਾਂ ਦੌਰੇ ਦਾ ਆਗਾਜ਼ ਕੀਤਾ ਹੈ। ਜੰਮੂ ਕਸ਼ਮੀਰ ਕੇ ਲੋਗੋ ਨੇ ਔਰ ਵਿਸ਼ੇਸ਼ਕਰ ਜੰਮੂ ਕੇ ਲੋਗੋ ਨੇ ਤੈਅ ਕਰਨਾ ਹੈ ਕਿ ਆਪਕੋ ਆਤੰਕਵਾਦ ਚਾਹੀਏ ਜਾਂ ਚੈਨ, ਅਮਨ, ਸ਼ਾਂਤੀ, ਵਿਕਾਸ ਔਰ ਉਦਯੋਗ ਵਿਕਾਸ ਚਾਹੀਏ। ਇਹ ਆਪਕੋ ਤੈਅ ਕਰਨਾ ਹੈ। ਅਗਰ NC ਕਾਂਗਰਸ ਆਈ ਤੋ ਆਤੰਕਵਾਦ ਆਏਗਾ ਔਰ ਭਾਜਪਾ ਆਈ ਤੋ ਕਿਸੀ ਕੀ ਤਕਾਤ ਨਹੀਂ ਹੈ ਆਤੰਕਵਾਦ ਕੋ ਯਹਾਂ ਘੁਸਪੈਠ ਕਰਾ। ਪੂਰੇ ਦੇਸ਼ ਕਾ ਭ੍ਰਿਸ਼ਟਾਚਾਰ ਔਰ ਦੂਸਰੀ ਔਰ ਨੈਸ਼ਨਲ ਕਾਨਫਰੰਸ ਕਾਂਗਰਸ ਔਰ PDP ਕਾ ਭ੍ਰਿਸ਼ਟਾਚਾਰ। ਅਗਰ ਇਤਨਾ ਪੈਸਾ ਜੰਮੂ ਕਸ਼ਮੀਰ ਮੇ ਵਿਕਾਸ ਕੇ ਕਾਮ ਮੇ ਖਰਚ ਹੋਤਾ ਤੋ ਆਜ ਆਪਕਾ ਕੋਈ ਕਾਮ ਬਾਕੀ ਨਹੀਂ ਹੋਤਾ, ਕੋਈ ਕਾਮ ਬਾਕੀ ਨਹੀਂ ਹੋਤਾ। ਚੇਨਈ ਦੇ ਅਧਿਕਾਰੀ ਟ੍ਰੇਨਿੰਗ ਅਕਾਦਮੀ OTA ਵਿੱਚ ਇੱਕ ਸਮਾਰੋਹ ਵਿੱਚ 258 ਕੈਡਿਟ ਅਧਿਕਾਰੀ ਅਤੇ 39 ਮਹਿਲਾ ਕੈਡਿਟ ਅਧਿਕਾਰੀਆਂ ਨੂੰ ਭਾਰਤੀ ਫੌਜ ਦੀਆਂ ਵੱਖ ਵੱਖ ਇਕਾਈਆਂ ਅਤੇ ਸੇਵਾਵਾਂ ਵਿੱਚ ਸ਼ਾਮਲ ਕੀਤਾ ਗਿਆ। OTA ਦੇ ਪਰਮੇਸ਼ਵਰਮ ਡਰਿਲ ਸਕੁਐਰ ਵਿੱਚ ਆਯੋਜਿਤ ਪਾਸਿੰਗ ਆਊਟ ਪਰੇਡ ਦੀ ਸਮੀਖਿਆ ਸੈਨਾ ਦੇ ਉਪ ਮੁਖੀ ਲੈਫਟੀਨੈਂਟ ਜਨਰਲ NS ਰਾਜ ਸੁਬਰਮਣੀ ਨੇ ਕੀਤੀ। OTA ਨੇ ਕਿਹਾ ਕਿ ਦੋਸਤ ਦੇਸ਼ਾਂ ਦੇ 10 ਕੈਡਿਟ ਅਧਿਕਾਰੀ ਅਤੇ 5 ਕੈਡਿਟ ਅਧਿਕਾਰੀ ਮਹਿਲਾਵਾਂ ਨੇ ਵੀ ਸਫਲਤਾਪੂਰਵਕ ਆਪਣੀ ਟ੍ਰੇਨਿੰਗ ਪੂਰੀ ਕੀਤੀ ਹੈ। ਦੋਸਤ ਦੇਸ਼ਾਂ ਦੇ ਕੈਡਿਟ ਦੇ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਨਾਲ ਅੰਤਰਰਾਸ਼ਟਰੀ ਸਰਹੱਦਾਂ ਉੱਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹ ਮਿਲੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ 293 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆ ਉੱਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ। ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਦਾ ਨੌਕਰੀ ਨੂੰ ਲੈ ਕੇ ਦਿਲ ਟੁੱਟ ਗਿਆ ਸੀ ਅਤੇ ਨੌਕਰੀ ਮਿਲਣ ਦੀ ਉਮੀਦ ਉਹ ਛੱਡ ਬੈਠੇ ਸੀ, ਪਰ ਪਰਮਾਤਮਾ ਨੇ ਮੇਰੇ ਵਰਗੇ ਨੂੰ ਪੈਨ ਦੇਣੇ ਸੀ ਜਿਸ ਨਾਲ ਤੁਹਾਡੇ ਘਰਾਂ ਵਿੱਚ ਦੀਵੇ ਜਗਣ ਅਤੇ ਨੌਕਰੀਆਂ ਮਿਲਣ। ਉਨ੍ਹਾਂ ਕਿਹਾ ਕਿ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ, ਇਹ ਨੌਜਵਾਨ ਹੋਰ ਵੀ ਵੱਡੀਆਂ ਕੁਰਸੀਆਂ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ ਨਿਯੁਕਤੀ ਪੱਤਰ ਦਿੰਦੇ ਹਾਂ।
ਤੇ ਕਿਸੇ ਵੀ ਉਮੀਦਵਾਰ ਨੂੰ ਕੁਰਸੀ ਤੇ ਬੈਠਣ ਤੋਂ ਪਹਿਲਾਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮੁੱਖ ਮੰਤਰੀ ਨੇ ਵਿਰੋਧੀਆਂ ਉੱਤੇ ਤੰਜ ਕੱਸਦਿਆਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਮਹਿਕਮਿਆਂ ਵੱਲੋਂ ਧਰਨੇ ਲਗਾਏ ਜਾਂਦੇ ਸਨ ਅਤੇ ਲੀਡਰ ਨਜ਼ਾਰੇ ਲੈਂਦੇ ਸਨ ਅਤੇ ਆਮ ਜਨਤਾ ਲਈ ਉਹ ਮੌਜੂਦ ਹੀ ਨਹੀਂ ਸਨ। ਉਹਨਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਕਦੇ ਬੇਰੁਜ਼ਗਾਰੀ ਜਾਂ ਗਰੀਬੀ ਨਹੀਂ ਵੇਖੀ। ਦੁਨੀਆ 'ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ ਤਾਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਟੁੱਟ ਗਿਆ ਸੀਗਾ, ਨੌਜਵਾਨਾਂ ਦਾ ਖਾਸ ਤੌਰ 'ਤੇ। ਇਸ ਪ੍ਰਕਾਰ ਕੇ ਉਹ ਹੋਪਲੈਸ ਹੋ ਗਏ ਸੀਗੇ, ਜਿਸ ਤਰ੍ਹਾਂ ਕੁੜੀ ਨੇ ਦੱਸਿਆ ਕਿ ਉਮੀਦਾਂ ਛੱਡ ਬੈਠੇ ਸੀ, ਇਹ ਨਹੀਂ ਬਣਨਾ ਕੁਛ ਯਾਰ ਹੁਣ। ਪਰ ਜਿੱਥੇ ਚਾਹ ਉੱਥੇ ਰਾਹ, ਪਰਮਾਤਮਾ ਨੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈੱਨ ਦੇਣੇ ਸੀਗੇ ਜਿਨ੍ਹਾਂ ਪੈੱਨ ਨਾਲ ਤੁਹਾਨੂੰ ਨੌਕਰੀਆਂ ਮਿਲਣ, ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ, ਤਾਂ ਉਹਦੇ ਨਾਲ ਉਮੀਦ ਜਾਗ ਪਈ। ਸੋ ਕਦੇ ਉਮੀਦ ਨਹੀਂ ਛੱਡੀ ਦੀ ਹੁੰਦੀ, ਉਮੀਦ 'ਤੇ ਦੁਨੀਆ ਕਾਇਮ ਹੈ। ਅਤੇ ਫਿਊਚਰ ਦੇ ਵਿੱਚ ਵੀ ਤੁਸੀਂ ਬਹੁਤ ਵੱਡੀਆਂ, ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ, ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੋ, ਕਿਉਂਕਿ ਸਰਕਾਰ ਦੀ ਨੀਅਤ ਸਾਫ਼ ਹੈ, ਨੀਅਤ 'ਚ ਕੋਈ ਖੋਟ ਨਹੀਂ। ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇੱਧਰ ਉੱਧਰ ਦੇ ਕੋਈ ਕੇਸ ਪਿਆ, ਕਿਸੇ ਦਾ ਮਹਿਕਮੇ 'ਚ ਕੇਸ ਫਸਿਆ ਪਿਆ, ਉਹ ਸਾਰੇ ਪਹਿਲਾਂ ਕਲੀਅਰ ਕਰਦੇ ਹਾਂ ਅਸੀਂ, ਤਾਂ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ੍ਹ ਨੂੰ ਆਪਣੇ ਦਫ਼ਤਰ 'ਚ ਜਾਓ, ਨਾ ਕਿ ਵਕੀਲ ਦੇ ਦਫ਼ਤਰ 'ਚ ਕਿ ਜਿਹੜਾ ਇੱਕ ਹਾਈ ਕੋਰਟ 'ਚ ਕਿਸੇ ਨੇ ਰਿੱਟ ਪਾਤੀ, ਚਲੋ ਵੀ ਹੁਣ ਕੇਸ ਲੜੀਏ। ਉਹ ਅਸੀਂ ਆਪ ਸਾਰੇ ਪਹਿਲਾਂ ਕਲੀਅਰ ਕਰਕੇ ਫਿਰ ਤੁਹਾਨੂੰ ਅਸੀਂ ਇੱਥੇ ਬੁਲਾਉਂਦੇ ਹਾਂ। ਇਹ ਤਾਂਹੀਓ ਜੇ 293 ਤਿਆਰ ਹੋ ਜਾਣ, 293 ਨੂੰ ਬੁਲਾ ਲੈਂਦੇ ਹਾਂ ਅਸੀਂ। ਇਹ ਨਹੀਂ ਹੈਗਾ ਕਿ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ, ਟਾਈਮ ਹਜੇ ਮਹੀਨਾ ਹਜੇ ਖੜ੍ਹ ਜਾਓ ਜੀ, ਨਾ ਕਿਉਂ ਖੜ੍ਹ ਜੀ। ਨੌਕਰੀ ਤਾਂ ਮਤਲਬ ਜਿਵੇਂ ਹਰ ਰੋਜ਼ ਸੁਪਨੇ 'ਚ ਆਉਂਦੀ ਹੋਣੀ ਵੀ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ। ਸੋ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ 'ਚ ਵਾਧਾ ਕਰੀਏ। ਅੱਜ ਤੋਂ ਬਾਅਦ ਤੁਸੀਂ ਆਪਣੇ ਆਪਣੀਆਂ ਕੁਰਸੀਆਂ 'ਤੇ ਚਲੇ ਜਾਓਗੇ। ਹੁਣ ਜੇ ਤੁਹਾਨੂੰ ਮੈਂ ਇੱਥੋਂ ਬਿਨਾਂ ਸਿਫਾਰਿਸ਼ ਤੋਂ ਅਤੇ ਬਿਨਾਂ ਪੈਸੇ ਤੋਂ ਭੇਜ ਰਿਹਾ ਹਾਂ, ਤਾਂ ਜਿੱਥੇ ਜਾਓਗੇ ਉੱਥੇ ਕਿਰਪਾ ਕਰਕੇ ਫਿਰ ਕੁਛ ਦੀ ਸਿਫਾਰਿਸ਼ ਜਾਂ ਕੋਈ ਪੈਸਾ ਨਾ ਚੱਲੇ। ਫਿਰ ਜਿਵੇਂ ਇੱਥੋਂ ਗਏ ਹੋ ਉਵੇਂ ਜਿਵੇਂ ਕੰਮ ਉੱਥੇ ਕਰ ਲਓ। ਸੋ ਮੈਨੂੰ ਮੇਰਾ ਮਾਣ ਫਿਰ ਵਧੂਗਾ ਕਿ ਹਾਂ, ਜਿਹੜੇ ਭਗਵੰਤ ਮਾਨ ਹੋਰਾਂ ਨੇ, ਉਹਦੀ ਸਰਕਾਰ ਨੇ ਰੱਖੇ ਨੇ, ਉਹ ਯਾਰ ਫਰਕ ਹੈ ਉਹਨਾਂ ਦਾ ਦੂਜਿਆਂ ਨਾਲੋਂ। ਉਹ ਉਹਨਾਂ ਦਾ ਜਿਹੜਾ ਲੋਕਾਂ ਨਾਲ ਐਟੀਚਿਊਡ ਹੈ, ਲੋਕਾਂ ਨਾਲ ਬਿਹੇਵੀਅਰ ਹੈ, ਉਹ ਹੋਰ ਹੈ, ਕਿਉਂਕਿ ਉਹ ਬਿਨਾਂ ਸਿਫਾਰਿਸ਼ ਤੋਂ ਅਤੇ ਬਿਨਾਂ ਪੈਸਿਆਂ ਤੋਂ ਲੱਗੇ ਹੋਏ ਨੇ। ਉਹਨਾਂ ਨੂੰ ਇਹ ਨਹੀਂ ਹੈਗਾ ਕਿ ਪਹਿਲਾਂ ਤਾਂ ਮੈਂ ਆਹ ਪੂਰੇ ਕਰਨੇ ਨੇ ਜਿਹੜੇ ਮੈਂ ਉਹਨੂੰ ਦਿੱਤੇ ਨੇ, ਫਲਾਣੇ ਨੂੰ ਮੈਂ ਫਲਾਣੇ ਨੂੰ। ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਪੰਜਾਬ ਭਰ ਦੇ 77 ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਉਹਨਾਂ 77 ਅਧਿਆਪਕਾਂ ਦੇ ਵਿੱਚੋਂ 3 ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਅਧਿਆਪਕ ਨੇ, ਜਿਨ੍ਹਾਂ ਵਿੱਚੋਂ ਇੱਕ ਵਿਜੇ ਸ਼ਰਮਾ ਨੇ ਜੋ ਕਮਾਹੀ ਦੇਵੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਣਿਤ ਦੇ ਅਧਿਆਪਕ ਨੇ, ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਜੇਕਰ ਵਿਜੇ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਅਧਿਆਪਕ ਹੋਣ ਦੇ ਨਾਤੇ ਆਪਣਾ ਇੱਕ ਯੂਟਿਊਬ ਚੈਨਲ ਵੀ ਚਲਾਉਂਦੇ ਨੇ ਅਤੇ ਉਹ ਪੰਜਾਬ ਭਰ ਦੇ ਬੱਚਿਆਂ ਨੂੰ ਗਣਿਤ ਦੀ ਮੁਫਤ ਸਿੱਖਿਆ ਦਿੰਦੇ ਨੇ। ਉਹਨਾਂ ਪੰਜਾਬ ਸਰਕਾਰ ਦੇ ਅਵਾਰਡ ਦੇਣ ਲਈ ਧੰਨਵਾਦ ਕੀਤਾ ਹੈ। ਪਿਛਲੇ 3 ਸਾਲ ਦੌਰਾਨ ਸਾਡੇ ਸਕੂਲ ਦੀਆਂ ਕੁੱਲ 29 ਮੈਰਿਟਸ ਆਈਆਂ ਅਤੇ ਕੁੱਲ 91 ਬੱਚਿਆਂ ਨੇ ਸਕੂਲ ਦੇ ਵਿੱਚੋਂ 100 ਵਟੇ 100 ਮਾਰਕਸ ਲਏ ਮੈਥ ਦੇ, ਠੀਕ ਹੈ ਜੀ। ਅਤੇ ਵੈਸੇ ਵੀ ਜਿਹੜੀ ਘਰ ਜਾ ਕੇ ਆਪਾਂ ਕਲਾਸ ਲਗਾਈ ਲਾਈਵ ਕਲਾਸ, ਉਸ ਕਲਾਸ ਵਿੱਚ ਲਗਭਗ ਹਰ ਰੋਜ਼ 1000 ਬੱਚਾ ਫ੍ਰੀ ਪੜ੍ਹਦਾ ਟੋਟਲੀ, ਠੀਕ ਹੈ, ਪੂਰੇ ਪੰਜਾਬ ਦਾ। ਅਤੇ ਇਸੇ ਕਰਕੇ ਸ਼ਾਇਦ ਸਰਕਾਰ ਨੇ ਦੇਖਿਆ ਅਤੇ ਮੈਨੂੰ ਚੁਣਿਆ ਗਿਆ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਵੱਲੋਂ 319 ਸਟਾਫ ਨਰਸਾਂ ਦੀ ਭਰਤੀ ਨੂੰ ਲੈ ਕੇ ਬਠਿੰਡਾ ਦੇ SST
ਗਰਲਜ਼ ਕਾਲਜ ਵਿੱਚ ਪੇਪਰ ਰੱਖਿਆ ਗਿਆ ਸੀ, ਜਿੱਥੇ ਕਿ ਦੂਰ ਦੁਰਾਡੇ ਤੋਂ ਪੇਪਰ ਦੇਣ ਆਏ ਨੌਜਵਾਨ ਲੜਕੇ ਅਤੇ ਲੜਕੀਆਂ ਵੱਲੋਂ ਉਸ ਵੇਲੇ ਹੰਗਾਮਾ ਕਰ ਦਿੱਤਾ ਗਿਆ ਜਦੋਂ ਪੇਪਰ ਲੈਣ ਆਈਆਂ ਟੀਮਾਂ ਵੱਲੋਂ ਸਰਵਰ ਡਾਊਨ ਅਤੇ ਤਕਨੀਕੀ ਸਮੱਸਿਆ ਕਹਿ ਕੇ ਖਹਿੜਾ ਛੁਟਵਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਰੇ ਬੱਚੇ ਪੇਪਰ ਛੱਡ ਕੇ ਬਾਹਰ ਆ ਗਏ ਅਤੇ ਸੜਕ ਉੱਤੇ ਧਰਨਾ ਲਗਾ ਦਿੱਤਾ। ਬਾਬਾ ਫਰੀਦ ਯੂਨੀਵਰਸਿਟੀ ਖਿਲਾਫ਼ ਨੌਜਵਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ ਜਦ ਇਹਨਾਂ ਵੱਲੋਂ ਕੋਈ ਤਿਆਰੀ ਹੀ ਨਹੀਂ ਸੀ ਤਾਂ ਉਹਨਾਂ ਨੂੰ ਕਿਉਂ ਖੱਜਲ ਖੁਆਰ ਕੀਤਾ ਗਿਆ। ਯੂਨੀਵਰਸਿਟੀ ਨੇ ਹੰਗਾਮੇ ਨੂੰ ਵੇਖਦਿਆਂ ਪੇਪਰ ਰੱਦ ਕਰ ਦਿੱਤਾ। ਦੂਜੇ ਪਾਸੇ ਪੇਪਰ ਦਿਵਾਉਣ ਲਈ ਫਰੀਦਕੋਟ ਯੂਨੀਵਰਸਿਟੀ ਪਹੁੰਚੇ ਅਬਜ਼ਰਵਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਤਿਆਰੀ ਕੀਤੀ ਗਈ ਸੀ ਪਰ ਸਰਵਰ ਦੀ ਦਿੱਕਤ ਹੋਣ ਕਰਕੇ ਇਸ ਨੂੰ ਰੱਦ ਕੀਤਾ ਗਿਆ। ਵੀਰੇ ਹੁਣ ਵੈਬਸਾਈਟ 'ਤੇ ਇਹਨਾਂ ਨੇ ਲੈਟਰ ਪਾ ਦਿੱਤਾ ਕਿ ਪੇਪਰ ਕੈਂਸਲ ਹੋ ਗਿਆ, ਬਟ ਉਹ ਲੈਟਰ ਦੇ ਵਿੱਚ ਕੋਈ ਕਿਸੇ ਵੀ ਅਫਸਰ ਦੇ ਕੋਈ ਰਜਿਸਟਰਾਰ ਦੇ ਕਿਸੇ ਦੇ ਵੀ ਸਾਈਨ ਨਹੀਂ ਹੈਗਾ, ਇਸ ਲਈ ਅਸੀਂ ਉਹਦੇ 'ਤੇ ਵਿਸ਼ਵਾਸ ਨਹੀਂ ਕਰ ਸਕਦੇ। ਕੀ ਪਤਾ ਇਹਨਾਂ ਦਾ ਕੱਲ੍ਹ ਨੂੰ ਫਿਰ ਪੇਪਰ ਲੈ ਲੈਣਾ ਸੀ ਚਲੇ ਨਹੀਂ ਉੱਠ ਕੇ। ਪੇਪਰ ਲਿਆ ਕਿਉਂ ਜਦੋਂ ਤਿਆਰੀ ਨਹੀਂ ਸੀ, ਜਦੋਂ ਇਹਨਾਂ ਦੀ ਨਹੀਂ ਇਹਨਾਂ ਨੂੰ ਪੇਪਰ ਲੈਣਾ ਆ ਰਿਹਾ ਕੰਪਿਊਟਰ ਬੇਸਡ ਟੈਸਟ ਤੇ ਕਿਉਂ ਲੈ ਰਹੇ ਆ? ਮੈਨੂਅਲੀ ਲੈ ਲੈਣ, ਅੱਗੇ ਵੀ ਮੈਨੂਅਲੀ ਪੇਪਰ ਲੈਂਦੇ ਨੇ, ਲੈ ਲੈਣ। 2000 ਇੱਕ ਬੱਚੇ ਦੀ ਫੀਸ ਲੈ ਰਹੇ ਆ, ਇੱਥੇ ਕੋਈ 10-10-20 ਹਜ਼ਾਰ ਰੁਪਇਆ ਤੇ ਕੋਈ ਬੰਦਾ ਨਹੀਂ ਸੀ ਬਿਠਾ ਸਕਦੇ ਕਿ ਪੇਪਰ ਲੈ ਲਈਏ ਚੰਗਾ। ਪਤਾ ਨਹੀਂ ਕਿਹੜੀ ਕੰਪਨੀ ਦੇ ਬੰਦੇ ਪੇਪਰ ਲੈਣ ਆਏ ਆ, ਉਹਨਾਂ ਨੂੰ ਕੁਆਲੀਫਿਕੇਸ਼ਨ ਪੁੱਛੀ ਆ ਵੀ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਵੀ ਤੁਸੀਂ ਸਾਡਾ ਕੰਪਿਊਟਰ ਬੇਸਡ ਪੇਪਰ ਲੈਣ ਆਏ ਨੇ, ਉਹ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਆ ਰਿਹਾ। ਸਰ ਕੋਈ ਆਈਟੀ ਦੀ ਪ੍ਰੋਬਲਮ ਹੋਈ ਆ, ਸਰਵਰ ਦੇ ਥਰੂ ਜਿਹੜਾ ਪੇਪਰ ਐਗਜ਼ਾਮ ਆਉਣਾ ਸੀਗਾ ਜੀ, ਉਹ ਐਗਜ਼ਾਮ ਆਉਣ ਦੇ ਵਿੱਚ ਨਾ ਕੋਈ ਦਿੱਕਤ ਆ ਗਈ, ਉਹ ਜੋ ਆਈਟੀ ਨੂੰ ਡੀਲ ਕਰਦੀ ਕੰਪਨੀ ਉਹ ਤੁਹਾਨੂੰ ਕਲੀਅਰ ਕਰਾਊਗੀ। ਸਾਡੀ ਤਾਂ ਸਿਰਫ ਉੱਥੋਂ ਤੱਕ ਡਿਊਟੀ ਸੀਗੀ ਕਿਉਂਕਿ ਕੋਈ ਵੀ ਇੱਥੇ ਸਟਾਫ ਨਰਸ ਦਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸ਼ੇਰ ਪੈਟਰੋਲ ਪੰਪ ਉੱਤੇ ਘੁੰਮਦਾ ਵਿਖਾਈ ਦੇ ਰਿਹਾ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪੀਰ ਜੈਨ ਇਲਾਕੇ ਦੀ ਦੱਸੀ ਜਾ ਰਹੀ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਤੇ ਲੋਕ ਉਸੇ ਪੰਪ ਤੇ ਪਹੁੰਚ ਗਏ, ਜਿਸ ਤੋਂ ਬਾਅਦ ਪੁਲਿਸ ਵੱਲੋਂ ਪਤਾ ਕੀਤਾ ਗਿਆ ਤਾਂ ਇਹ ਵੀਡੀਓ ਫੇਕ ਨਿਕਲੀ, ਜਿਸ ਨੂੰ ਲੈ ਕੇ ਮੌਕੇ ਤੇ ਪਹੁੰਚੇ ਥਾਣਾ ਬਡਾਲੀ ਵਾਲਾ ਸਿੰਘ ਦੇ ਮੁਖੀ ਅਮਰਦੀਪ ਸਿੰਘ ਨੇ ਕਿਹਾ ਕਿ ਇਹ ਵੀਡੀਓ ਇਸ ਪੈਟਰੋਲ ਪੰਪ ਦੀ ਨਹੀਂ ਬਲਕਿ ਕਿਸੇ ਹੋਰ ਇਲਾਕੇ ਦੀ ਹੈ, ਜਿਸ ਨੂੰ ਫਤਿਹਗੜ੍ਹ ਸਾਹਿਬ ਦੀ ਦੱਸ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਹਨੇ ਕਿਹਾ ਕਿ ਜਿਸ ਨੇ ਵੀ ਇਹ ਵੀਡੀਓ ਪਾਈ ਹੈ ਉਸਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਨਾ ਹੁਣੇ ਰੀਸੈਂਟਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਨਾਇਰਾ ਪੰਪ ਪੀਰ ਜੈਨ ਲਿਖ ਕੇ ਨੀਚੇ ਆ ਰਿਹਾ ਅਤੇ ਉੱਥੇ ਜਿਹੜਾ ਹੈਗਾ ਜੀ ਸ਼ੇਰ ਰਾਤ ਦੇ ਸਮੇਂ ਘੁੰਮਦਾ ਦਿਖ ਰਿਹਾ ਹੈਗਾ ਜੀ। ਜਦੋਂ ਅਸੀਂ ਆਪਣੇ ਏਰੀਆ ਦੇ ਵਿੱਚ ਉਹਦੇ ਆ ਕੇ ਪੀਰ ਜੈਨ ਵਾਲੇ ਪੰਪ ਨੂੰ ਚੈੱਕ ਕੀਤਾ ਜੀ, ਉਹ ਜਿਹੜੀ ਵੀਡੀਓ ਹੈਗੀ ਆ ਵੀਡੀਓ ਬਿਲਕੁਲ ਫੇਕ ਹੈਗੀ ਆ। ਉਹਦੇ 'ਚ ਜਿਹੜੀਆਂ 3-4 ਚੀਜ਼ਾਂ ਦੇਖਣ ਵਾਲੀਆਂ ਨੇ, ਇੱਕ ਤਾਂ ਫਲੋਰ ਹੈਗਾ ਜੀ ਜਿਹੜਾ ਉੱਥੇ, ਉਹ ਫਲੋਰ ਜਿਹੜਾ ਉਹਨਾਂ ਨੇ ਇੰਟਰਲੋਕ ਲਾਈ ਹੋਈ ਆ, ਉਹ ਇੰਟਰਲੋਕ ਸਿੰਪਲ ਲੱਗੀ ਲੱਗਦੀ ਹੈ। ਇੱਥੇ ਸਾਡੀ 2 ਕਲਰਸ ਦੀ ਇੰਟਰਲੋਕ ਹੈ, ਇੱਕ ਉਹ ਝੰਡੇ ਦਿਖਦੇ ਨੇ, ਇਸ ਪੰਪ ਦੇ ਉੱਤੇ ਝੰਡੇ ਨਹੀਂ ਹੈਗੇ, ਇੱਕ ਜਦੋਂ ਐਗਜ਼ਿਟ ਕਰਦੇ ਹਾਂ ਜਾਂ ਐਂਟਰ ਕਰਦੇ ਹਾਂ ਆਲੇ ਦੁਆਲੇ ਪੇੜ ਦਿਖੇ ਗਏ ਨੇ, ਇਸ ਪੰਪ ਦੇ ਵਿੱਚ ਉਹ ਪੇੜ ਨਹੀਂ ਹੈਗੇ ਜੀ। ਜਿਹੜੀਆਂ ਆਪਣੀਆਂ ਮਸ਼ੀਨਾਂ ਨੇ ਜਿਹਦੇ ਵਿੱਚ ਜਿਹਦੇ ਰਾਹੀਂ ਤੇਲ ਪਾਇਆ ਜਾਂਦਾ ਜੀ, ਉਹਨਾਂ ਦੀਆਂ ਨੋਜ਼ਲਾਂ ਇਸ ਮਸ਼ੀਨ 'ਤੇ ਸੈਂਟਰ 'ਚ ਨੇ, ਉਹਨਾਂ ਦੀਆਂ ਸਾਈਡ 'ਤੇ ਨੇ। ਨਾਲੇ ਮੋਰ ਓਵਰ ਜਿਹੜੇ ਉਰੇ ਪੰਪ ਦੇ ਕਰਿੰਦੇ ਨੇ ਜਾਂ ਮਾਲਕ ਨੇ, ਉਹਨਾਂ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਸਾਡੀ ਇੱਦਾਂ ਦੀ ਕੋਈ ਗੱਲ ਨਹੀਂ ਹੈ, ਇਹ ਵੀਡੀਓ ਸਾਡੇ ਪੀਰ ਜੈਨ ਦੀ ਨਹੀਂ ਹੈ, ਕਿਸੇ ਹੋਰ ਦੀ ਹੈ, ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਚੈਨਲ ਨੇ ਜਾਂ ਕਿਸੇ ਬੰਦੇ ਨੇ ਜਿਹੜਾ ਕੋਈ ਆਪਣਾ ਚੈਨਲ ਚਲਾ ਰਿਹਾ, ਉਹਨੇ ਆਪਣੇ ਵਿਊਜ਼ ਵਧਾਉਣ ਲਈ ਜਿਹੜਾ ਹੈਗਾ ਕਿ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਪੀਰ ਜੈਨ ਕਰਕੇ ਆਪਣੀ ਇਹ ਵੀਡੀਓ ਪਾਈ ਹੈ, ਇਹ ਵੀਡੀਓ ਫੇਕ ਹੈ, ਪੀਰ ਜੈਨ ਦੀ ਨਹੀਂ ਹੈ ਜੀ। ਕੀ ਕਾਰਵਾਈ ਕਰ ਰਹੇ ਹੋ ਜਿਹਨੇ ਫੇਕ ਵੀਡੀਓ ਪਾਈ? ਇਹ ਅਸੀਂ ਫੋਰੈਸਟ ਵਾਲਿਆਂ ਨਾਲ ਗੱਲ ਕਰਕੇ ਜਿਹੜੇ ਬੰਦੇ ਨੇ ਪਾਈ ਹੈਗੀ ਹੈ ਜੀ ਉਹਦੇ ਖਿਲਾਫ਼ ਅਸੀਂ ਕਾਰਵਾਈ ਕਰਾਂਗੇ। ਸਿੰਘ ਸਭਾ ਲਹਿਰ ਦੇ ਮੋਢੀ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਮਿੱਠੀ ਯਾਦ ਵਿੱਚ ਉਹਨਾਂ ਦੇ ਪਿੰਡ ਕਲੌੜ ਦੇ ਦਾਣਾ ਮੰਡੀ ਵਿੱਚ ਰਾਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਪ੍ਰਧਾਨ ਭੁਪਿੰਦਰ ਸਿੰਘ ਸੰਧ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ।
ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਗਿਆਨੀ ਦਿੱਤ ਸਿੰਘ ਚੇਤਨਾ ਸਮਾਗਮਾਂ ਦੀ ਲੜੀ ਤਹਿਤ 30 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਇਲਾਕੇ ਵਿੱਚ ਵੱਖ ਵੱਖ ਥਾਵਾਂ 'ਤੇ ਗੁਰਮਤਿ ਸਮਾਗਮ ਕਰਵਾਏ ਗਏ ਅਤੇ ਮੁੱਖ ਸਮਾਗਮ 6 ਸਤੰਬਰ ਨੂੰ ਗਿਆਨੀ ਦਿੱਤ ਸਿੰਘ ਦੇ ਜੱਦੀ ਪਿੰਡ ਕਲੌੜ ਵਿਖੇ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਭਾਰੀ ਸਹਿਯੋਗ ਵੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ। ਇਹਨਾਂ ਸਮਾਗਮਾਂ ਵਿੱਚ ਕੁੱਲ 14 ਪਿੰਡਾਂ ਵਿੱਚ ਦੀਵਾਨ ਸਜਾਏ ਗਏ। ਇਸ ਮੌਕੇ 'ਤੇ ਗਿਆਨੀ ਦਿੱਤ ਸਿੰਘ ਸਰਕਾਰੀ ਸਕੂਲ ਦੇ ਵਿੱਚ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ, ਜਿਸ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਭਾਈ ਦਿੱਤ ਸਿੰਘ ਗਿਆਨੀ ਪ੍ਰੋਫੈਸਰ ਓਰੀਐਂਟਲ ਕਾਲਜ ਲਾਹੌਰ ਖਾਲਸਾ ਅਖਬਾਰ ਦੇ ਸੰਪਾਦਕ ਔਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੰਸਥਾਪਕ ਮੋਢੀਆਂ ਵਿੱਚੋਂ ਸਨ, ਜਿਨ੍ਹਾਂ ਦੀ 123ਵੀਂ ਮਿੱਠੀ ਯਾਦ ਉਹਨਾਂ ਦੇ ਪਿੰਡ ਨਗਰ ਕਲੌੜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 6 ਸਤੰਬਰ ਨੂੰ ਮਨਾਈ ਗਈ। ਇਹ ਵਿਸ਼ੇਸ਼ ਸਮਾਗਮਾਂ ਦੀ ਲੜੀ ਵਿੱਚ ਵਿਸ਼ੇਸ਼ ਤੌਰ 'ਤੇ ਸਹਿਯੋਗ ਬਾਬਾ ਬਲਜੀਤ ਸਿੰਘ ਦਾਦੂਵਾਲ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਵਿਸ਼ੇਸ਼ ਵੱਡੇ ਸਹਿਯੋਗ ਨਾਲ ਇਹ ਸਮਾਗਮ ਕੀਤਾ ਗਿਆ। ਇਸ ਵਿੱਚ 30 ਤਰੀਕ ਤੋਂ ਲੈ ਕੇ 6 ਤਰੀਕ ਤੱਕ ਭਾਰੀ ਸਮਾਗਮ ਕੀਤੇ ਗਏ। ਮੁੱਖ ਸਮਾਗਮ 6 ਸਤੰਬਰ ਨੂੰ ਦਾਣਾ ਮੰਡੀ ਕਲੌੜ ਵਿਖੇ ਕੀਤਾ ਗਿਆ, ਜਿੱਥੇ ਵਿੱਚ ਬਹੁਤ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੇ ਵੱਡੇ ਇਕੱਠ ਦੇ ਵਿੱਚ ਭਾਈ ਸਾਹਿਬ ਨੂੰ ਯਾਦ ਕੀਤਾ, ਉਹਨਾਂ ਦੀ ਦੇਣ ਨੂੰ ਯਾਦ ਕੀਤਾ ਗਿਆ। ਭਾਈ ਦਿੱਤ ਸਿੰਘ ਜੀ ਨੇ ਸਿੰਘ ਸਭਾ ਲਹਿਰ ਚਲਾਈ ਸੀ, ਅੱਜ ਲੋੜ ਹੈ ਕਿ ਸਾਨੂੰ ਆਪਣੇ ਸਕੂਲ ਕਾਲਜ ਔਰ ਵਿਦਿਆਲਿਆਂ ਦੀ ਗੁਰਮਤਿ ਵਿਦਿਆਲਿਆਂ ਦੀ ਲੜੀ ਆਪਾਂ ਅੱਗੇ ਵਧਾਈਏ, ਧਰਮ ਪ੍ਰਚਾਰ ਉਹਨਾਂ ਦੇ ਨਾਂ 'ਤੇ ਕਰੀਏ, ਕੋਈ ਸਕੂਲ ਕਾਲਜ ਇੱਕ ਲੜੀ ਚਲਾਈਏ। ਜਿਵੇਂ ਸਵਾਮੀ ਦਯਾਨੰਦ ਜੀ ਨੂੰ ਉਹਨਾਂ ਨੇ 3 ਵਾਰੀ ਡਿਬੇਟ 'ਚ ਹਰਾਇਆ ਸੀ, ਉਹਨਾਂ ਨੇ ਆਪਣੀ ਕੌਮ ਦੇ ਹਰਾਏ ਹੋਏ ਵਿਦਵਾਨ ਨੂੰ ਅਨੇਕਾਂ DAV ਸਕੂਲ ਕਾਲਜ ਹੋਸਪਿਟਲ ਅਨੇਕਾਂ ਸੰਸਥਾਵਾਂ ਸਮਰਪਿਤ ਕੀਤੀਆਂ। ਪਰੰਤੂ ਖੇਤ ਅਤੇ ਮਹਾਂਸ਼ੋਕ ਦੀ ਗੱਲ ਹੈ ਕਿ ਭਾਈ ਦਿੱਤ ਸਿੰਘ ਗਿਆਨੀ ਸਿੰਘ ਸਭਾ ਲਹਿਰ ਦੇ ਉਸਰਈਆਂ ਦਾ ਉਹਨਾਂ ਦੇ ਪ੍ਰਤੀ ਇੱਕ ਜਿੱਤੇ ਹੋਏ ਮਹਾਂਪੁਰਸ਼ ਚਿੰਤਕ ਵਿਗਿਆਨੀ ਔਰ ਸੱਚੇ ਸਿੱਖ, ਉਹਨਾਂ ਦੀ ਯਾਦ ਵਿੱਚ ਇੱਕ ਵੀ ਆਪਾਂ ਸੰਸਥਾ ਜਿਹੜੀ ਹੈ ਉਹ ਸਮਰਪਿਤ ਅੱਜ ਤੱਕ ਨਹੀਂ ਕਰ ਸਕੇ। ਸੋ ਸਾਡੇ ਲਈ ਇਹ ਸ਼ਰਮ ਵਾਲੀ ਗੱਲ ਹੈ। ਦੇਸ਼ ਵਿਦੇਸ਼ ਵਿੱਚ ਵੱਸਦੇ ਸਿੰਘ ਸਭਾਵਾਂ ਦੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਨਾੜ ਸਿੱਖਾਂ ਨੂੰ ਹੱਥ ਜੋੜ ਕੇ ਨਿਮਰਤ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਭਾਈ ਦਿੱਤ ਸਿੰਘ ਗਿਆਨੀ ਜੀ ਦੀ ਯਾਦਗਾਰ ਉਹਨਾਂ ਦੇ ਪਿੰਡ ਕਲੌੜ ਵਿਖੇ ਬੜੀ ਸ਼ਰਧਾ ਸਤਿਕਾਰ ਇਲਾਕੇ ਵੱਲੋਂ ਜੋ ਬਣਾਈ ਜਾ ਰਹੀ ਹੈ ਅਤੇ ਉਹਦੇ ਵਿੱਚ ਆਪਾਂ ਆਪਣਾ ਸਹਿਯੋਗ ਪਾਈਏ, ਦਾਨ ਦਈਏ, ਤਾਂ ਕਿ ਉਸ ਆਪਣੇ ਕੌਮੀ ਯੋਧੇ ਨੂੰ ਕਲਮੀ ਯੋਧੇ ਨੂੰ ਇਹ ਸ਼ਰਧਾ ਅਤੇ ਸਤਿਕਾਰ ਭੇਟ ਕਰ ਸਕੀਏ। ਇਹ ਸਮਾਗਮ ਗਿਆਨੀ ਦਿੱਤ ਸਿੰਘ ਵੈਲਫੇਅਰ ਸੁਸਾਇਟੀ ਪਿੰਡ ਆਨੰਦਪੁਰ ਕਲੌੜ ਦੇ ਸਮੂਹ ਨੌਜਵਾਨਾਂ ਪੰਚਾਇਤ ਇਲਾਕੇ ਦੇ ਸਹਿਯੋਗ ਦੇ ਨਾਲ ਸਮਾਗਮ ਕੀਤੇ ਗਏ। ਇਹਨਾਂ ਸੰਗਤਾਂ ਨੇ ਸਮਾਗਮਾਂ ਵਿੱਚ ਸੇਵਾ ਕੀਤੀ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਕੀਤਾ ਜਾਂਦਾ ਅਤੇ ਆਸ ਕਰਦੇ ਹਾਂ ਇਹ ਧਰਮ ਪ੍ਰਚਾਰ ਦੀ ਲਹਿਰ ਇਸੇ ਤਰ੍ਹਾਂ ਅੱਗੇ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਕਾਂਗਰਸ ਦਫ਼ਤਰ ਦੇ ਬਾਹਰ ਕਾਂਗਰਸ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਜ਼ਿਲ੍ਹੇ ਭਰ ਤੋਂ ਆਏ ਕਾਂਗਰਸੀ ਵਰਕਰ, ਸ਼ਹਿਰ ਦੇ ਕੌਂਸਲਰ, ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਿਤੀ ਦੇ ਮੈਂਬਰਾਂ ਸਮੇਤ ਪਿੰਡਾਂ ਦੇ ਸਰਪੰਚ ਵੀ ਹਾਜ਼ਰ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸੰਗਤ ਸਿੰਘ ਗਿੱਲ ਜੀਆਂ, ਸਾਬਕਾ ਵਿਧਾਇਕ ਪਵਨ ਆਦੀਆ, ਸਾਬਕਾ ਵਿਧਾਇਕ ਇੰਦੂ ਬਾਲਾ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅੱਜ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ। ਉਹਨਾਂ ਦਾਅਵਾ ਕੀਤਾ ਕਿ ਇਸ ਗੱਲ ਦੇ ਕਾਂਗਰਸ ਪਾਰਟੀ ਕੋਲ ਸੂਚਨਾ ਐਕਟ ਰਾਹੀਂ
ਲਈਆਂ ਗਈਆਂ ਸੂਚਨਾਵਾਂ ਦੇ ਸਬੂਤ ਵੀ ਨੇ। ਉਹਨਾਂ ਕਿਹਾ ਕਿ ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਵੈਟ ਵਧਾ ਕੇ ਬਿਜਲੀ ਬਿੱਲਾਂ ਦੀ ਮਾਫ਼ੀ ਦੇ ਘਾਟੇ ਨੂੰ ਪੂਰਾ ਕੀਤਾ ਜਾ ਰਿਹਾ। ਸ਼ਹੀਦ ਸੂਬੇਦਾਰ ਮੇਵਾ ਸਿੰਘ ਵੈਲਫੇਅਰ ਕਲੱਬ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਕਬੱਡੀ ਕੱਪ ਭਲਕੇ 8 ਸਤੰਬਰ ਨੂੰ ਪਿੰਡ ਸੱਖੂ ਮਾਜਰਾ ਨੇੜੇ ਮੋਰਿੰਡਾ ਜ਼ਿਲ੍ਹਾ ਰੋਪੜ ਵਿਖੇ ਕਰਵਾਇਆ ਜਾ ਰਿਹਾ, ਜਿਸ ਵਿੱਚ ਚੋਟੀ ਦੀਆਂ ਅਕੈਡਮੀਆਂ ਦੇ ਨਾਮਵਰ ਖਿਡਾਰੀ ਸ਼ਮੂਲੀਅਤ ਕਰਨਗੇ ਅਤੇ ਹੁਸ਼ਿਆਰ ਮਾਹੀ ਅਤੇ ਰਮਨ ਸੱਗੂ ਦੀ ਗਾਇਕ ਜੋੜੀ ਵੱਲੋਂ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ। ਸ਼ਹੀਦ ਸੂਬੇਦਾਰ ਮੇਵਾ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਲਾ, ਸਰਪ੍ਰਸਤ ਗੁਰਮੀਤ ਸਿੰਘ ਚੋਪੜਾ, ਮੀਤ ਪ੍ਰਧਾਨ ਹਰਜੀਵਨ ਸਿੰਘ ਚੋਪੜਾ, ਸਰਪੰਚ ਜਗਤਾਪ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਇਸ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਦੱਸ ਦੇ ਕਿ ਇਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵੀ ਵਿਖਾਇਆ ਜਾਵੇਗਾ। ਪੰਜਾਬੀ ਗਾਇਕ ਕਰਨ ਔਜਲਾ ਇਨ੍ਹਾਂ ਦਿਨੀਂ ਯੂਕੇ ਵਿੱਚ ਨੇ ਅਤੇ ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਲੰਡਨ ਵਿੱਚ ਕਿਸੇ ਕੌਂਸਰਟ ਦੌਰਾਨ ਕਿਸੇ ਨੇ ਉਹਨਾਂ ਉੱਤੇ ਬੂਟ ਸੁੱਟ ਦਿੱਤਾ ਜੋ ਸਿੱਧਾ ਉਹਨਾਂ ਦੇ ਮੂੰਹ 'ਤੇ ਆ ਕੇ ਵੱਜਿਆ ਅਤੇ ਗੁੱਸੇ ਵਿੱਚ ਆਏ ਗਾਇਕ ਕਰਨ ਔਜਲਾ ਨੇ ਬੂਟ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ ਉੱਤੇ ਆਉਣ ਦੀ ਚੁਣੌਤੀ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੇ ਕੁਝ ਵੀ ਗਲਤ ਨਹੀਂ ਕਿਹਾ ਅਤੇ ਅੰਤ ਵਿੱਚ ਉਹਨਾਂ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਅਤੇ ਇੱਜ਼ਤ ਵਿਖਾਉਣ ਦੀ ਅਪੀਲ ਕੀਤੀ। ਦੂਜੇ ਪਾਸੇ ਚੱਲਦੇ ਸ਼ੋਅ ਵਿੱਚ ਕਰਨ ਔਜਲਾ ਨੂੰ ਬੂਟ ਮਾਰਨ ਦੀ ਘਟਨਾ ਉੱਤੇ ਗਾਇਕ ਬੱਬੂ ਮਾਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਕਰਨ ਔਜਲਾ ਇੱਕ ਚੰਗਾ ਨੌਜਵਾਨ ਹੈ ਅਤੇ ਉਸਦਾ ਭਰਾ ਹੈ, ਅਜਿਹੇ ਬੱਚੇ ਨੂੰ ਹੌਸਲਾ ਦੇਣਾ ਚਾਹੀਦਾ, ਨਾ ਕਿ ਇਸ ਤਰੀਕੇ ਨਾਲ ਚੱਲਦੇ ਸ਼ੋਅ ਵਿੱਚ ਬੂਟ ਮਾਰਨੇ ਚਾਹੀਦੇ ਨੇ। ਉਹਨਾਂ ਕਿਹਾ ਕਿ ਜੋ ਕੁਝ ਵੀ ਹੋਇਆ ਬਿਲਕੁਲ ਗਲਤ ਹੈ। ਦੱਸ ਦਈਏ ਕਿ ਬੱਬੂ ਮਾਨ ਜਲੰਧਰ ਪਹੁੰਚੇ ਹੋਏ ਸਨ। ਆਪਣੇ ਬੱਚਾ ਛੋਟਾ ਭਰਾ ਹੈ, ਏਦਾਂ ਨਹੀਂ ਹੋਣਾ ਚਾਹੀਦਾ। ਔਰ ਨਵੇਂ ਬੱਚੇ ਆ, ਇਹਨਾਂ ਨੂੰ ਹੌਸਲਾ ਦਿਓ ਸਮਕਾ ਤੁਸੀਂ। ਨਹੀਂ ਨਹੀਂ, ਏਦਾਂ ਨਹੀਂ ਕਰਨਾ, ਏਦਾਂ ਨਹੀਂ ਹੋਣਾ ਚਾਹੀਦਾ। ਔਰ ਕਰਨ ਬੜਾ ਪਿਆਰਾ ਮੁੰਡਾ, ਬੜਾ ਬੀਬਾ ਮੁੰਡਾ, ਏਦਾਂ ਨਹੀਂ ਹੋਣਾ ਚਾਹੀਦਾ, ਨਹੀਂ ਏਦਾਂ ਦੀ ਹੋਣਾ ਨਹੀਂ ਚਾਹੀਦਾ। ਔਰ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਆ ਉਹਨਾਂ ਦੀ ਸਿਕਿਉਰਿਟੀ। ਰਾਏਕੋਟ ਦੇ ਪਿੰਡ ਰਸ਼ੀਨ ਵਿੱਚ ਬੀਤੀ ਰਾਤ ਅਣਪਛਾਤੇ ਅਤੇ ਚੋਰਾਂ ਵੱਲੋਂ ਇੱਕ ਕਿਸਾਨ ਦੇ ਮਕਾਨ ਨੂੰ ਨਿਸ਼ਾਨਾ ਬਣਾਉਂਦਿਆਂ 35 ਤੋਂ 40 ਤੋਲੇ ਸੋਨਾ ਅਤੇ 20,000 ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪਿੰਡ ਰਸ਼ੀਨ ਬੜੂੰਦੀ ਰੋਡ 'ਤੇ ਖੇਤਾਂ ਵਿੱਚ ਦੋ ਚਚੇਰੇ ਭਰਾ ਪੁਰਸ਼ੋਤਮ ਸਿੰਘ ਅਤੇ ਗੁਰਪ੍ਰੀਤ ਸਿੰਘ ਰਹਿੰਦੇ ਨੇ। ਇਸ ਮੌਕੇ ਪੀੜਤ ਮਕਾਨ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਮਕਾਨ ਦਾ ਮੁੱਖ ਗੇਟ ਅਤੇ ਹੋਰ ਦਰਵਾਜ਼ੇ ਬੰਦ ਕਰਕੇ ਆਪੋ ਆਪਣੇ ਕਮਰਿਆਂ ਵਿੱਚ ਸੌਂ ਗਏ ਅਤੇ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਦਾ ਪਤਾ ਉਹਨਾਂ ਨੂੰ ਸਵੇਰੇ ਲੱਗਿਆ। ਉਹਨਾਂ ਕਿਹਾ ਕਿ ਚੋਰ ਗ੍ਰਿਲ ਪੱਟ ਕੇ ਘਰ ਦੇ ਅੰਦਰ ਦਾਖਲ ਹੋਏ ਸਨ ਅਤੇ 35 ਤੋਂ 40 ਤੋਲੇ ਸੋਨਾ ਅਤੇ 20,000 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ, ਜਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਰਾਤ ਚੋਰੀ ਹੋ ਗਈ ਜੀ, 12 ਤੋਂ 3 ਵਜੇ ਦੇ ਵਿਚਾਲੇ ਵਿਚਾਲੇ ਜੀ। ਬਾਹਰ ਖੱਤਿਆਂ 'ਚ ਮਕਾਨ ਜੀ ਹੈ ਜੀ, ਬਾਹਰ ਕੰਧ ਟੱਪ ਕੇ ਆਏ ਨੇ ਜੀ, ਗ੍ਰਿਲ ਬੰਨੀ ਆ ਜੀ ਉਹਨਾਂ ਨੇ, ਪਹਿਲਾਂ ਗ੍ਰਿਲ ਬੰਨ ਕੇ ਫਿਰ ਸਟੋਰ 'ਚ ਆਏ ਨੇ ਜੀ। ਸਟੋਰ 'ਚ ਸਾਰਾ ਸਮਾਨ ਪਿਆ ਸੀਗਾ, 35 ਤੋਂ 40 ਸੋਨਾ ਸੀਗਾ, 20,000 ਨਕਦੀ ਸੀ ਜੀ। ਤੁਹਾਨੂੰ ਕਦੋਂ ਪਤਾ ਲੱਗਦਾ ਇਹਦੇ ਬਾਰੇ? ਸਾਨੂੰ 3:15 ਵਜੇ ਪਤਾ ਲੱਗਦਾ ਜੀ। ਅੱਛਾ, ਹਾਂ, ਕੀ ਲੱਗਦਾ ਵੀ ਇਹ ਘਟਨਾ ਕਿਵੇਂ ਵਾਪਰੀ? ਕੋਈ ਜਾਣਕਾਰ ਲੱਗਦਾ, ਕੋਈ ਭੇਤੀ ਦਾ ਕੰਮ ਲੱਗਦਾ, ਕਿਵੇਂ ਲੱਗਦਾ? ਇਹ ਤਾਂ ਜੀ ਹੁਣ ਉਹਨਾਂ ਨੂੰ ਪਤਾ ਕੀ ਕਹਿ ਸਕਦੇ ਹਾਂ, ਕੁਛ ਨਹੀਂ ਕਹਿ ਸਕਦੇ ਜੀ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ? ਨੁਕਸਾਨ ਸਾਨੂੰ 35 ਤੋਂ 40 ਦਾ ਸੋਨਾ ਸੀਗਾ ਜੀ, 20,000 ਨਕਦੀ। ਸਾਨੂੰ ਇੱਕ ਇੰਟੀਮੇਸ਼ਨ ਮਿਲੀ ਹੈ ਪਿੰਡ ਰਸ਼ੀਨ ਤੋਂ, ਪ੍ਰਸ਼ੋਤਮ ਪੁੱਤਰ ਦਲੀਪ ਸਿੰਘ ਦੇ ਘਰੇ ਕੋਈ ਚੋਰੀ ਹੋਈ ਹੈ, ਉਹ 'ਚ ਅਸੀਂ ਕਾਰਵਾਈ ਕਰ ਰਹੇ ਹਾਂ। ਉਹਦੀ ਜਿਹੜੀ ਫੋਰੈਂਸਿਕ ਟੀਮ ਬੁਲਾਈ ਹੈ ਅਤੇ ਹੋਰ ਵੀ ਜੋ ਲੋੜੀਂਦੀ ਕਾਰਵਾਈ ਹੈ ਉਹ ਕਰ ਰਹੇ ਹਾਂ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦਿਆਂ ਮੌਸਮ ਦੇ ਹਾਲ 'ਤੇ, ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।